ਮੈਨੂੰ ਕੱਲ ਬਸ ਫੋਨ ਆਇਆ ਸੀਗਾ ਮੈਨੂੰ ਰਾਤ ਸੁਪਨਾ ਵੀ ਆਇਆ ਸੀ ਮੰਮੀ ਹੈ ਅੱਗੇ ਮੰਮੀ ਮੈਨੂੰ ਕਹਿੰਦੇ ਸੀ ਮੈਂ ਕੋਈ ਨਹੀਂ ਪੁੱਤ ਤੂੰ ਰਹਿ ਲਈ ਮੇਰੇ ਬਿਨਾਂ ਪਰ ਮੈਨੂੰ ਸੁਪਨਾ ਆਇਆ ਮੈਂ ਕਿਸੇ ਨੂੰ ਦੱਸਿਆ ਨਹੀਂ ਪਰ ਮੈਂ ਕਿਹਾ ਮੰਮੀ ਮੈਨੂੰ ਐਵੇਂ ਸੁਪਨਾ ਆਈ ਮੈਂ ਟੈਨਸ਼ਨ ਲੱਗੀ ਹੋਈ ਹੈ ਨਾ ਤਾਂ ਮੈਨੂੰ ਸੁਪਨਾ ਆਇਆ ਸੀ ਆਇਆ ਆ ਤੁਹਾਡੀ ਮਾਤਾ ਜੀ ਨਾਲ ਗੱਲ ਵੀ ਹੋਈ ਸੀ ਫੋਨ ਤੇ ਬਸ ਉਹ ਤਾਂ ਦੁਪਹਿਰ ਹੀ ਹੋਈ ਸੀ ਬਸ ਪੇਪਰਾਂ ਬਾਰੇ ਮੈਂ ਤੇਰੇ ਪੇਪਰ ਦਵਾ ਦੂੰ ਉਹ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਫਿਰ ਆਪਣੀ ਗੱਲ ਨਹੀਂ ਹੋਈ ਤੁਹਾਡੀ ਮੰਮੀ ਦੇ ਚਾਰ ਨੰਬਰ ਨੇ ਸਾਰੇ ਸਵਿਚ ਆਫ ਹੋਣ ਦੇ ਸੀਗੇ ਕੱਲ ਤੁਹਾਨੂੰ ਪਤਾ ਕਿਵੇਂ ਲੱਗਿਆ ਹੁਣ ਇੱਥੇ ਗੱਲ ਇੱਥੇ ਤਾਂ ਮੈਂ ਆਂਟੀ ਨੂੰ ਫੋਨ ਕੀਤਾ ਸੀਗਾ ਮੈਂ ਕਿਹਾ ਵੀ ਆਂਟੀ ਦੇਖ ਲੈਣਗੇ ਜਾ ਕੇ ਤੁਸੀਂ ਨਾਲ ਨਹੀਂ ਸੀ ਰਹਿੰਦੇ ਆਪਣੇ ਮਾਤਾ ਜੀ ਨਾਲ ਨਹੀਂ ਮੈਂ ਨਾਲੀ ਕੋਲੇ ਰਹਿੰਦੀ ਸੀਗੀ ਸ਼ੁਰੂ ਕਿੰਨੀ ਦੇਰ ਹੋ ਗਈ ਤੁਹਾਨੂੰ ਉੱਥੇ ਰਹਿੰਦੇ ਨੂੰ ਬਸ ਆ ਸਤੰਬਰ 'ਚ ਤਾਂ ਐਨ ਲੱਗੀ ਸੀਗੀ ਉੱਥੇ ਕਤਲ ਹੋਇਆ ਤਾਂ ਕੀ ਮਾਮਲਾ ਇਹ ਮੈਨੂੰ 9:30 ਵਜੇ ਮੋਦੀ ਸ਼ੁਕਲਾ ਜੀ ਦਾ ਫੋਨ ਆਇਆ ਵੀ ਇੱਥੇ ਸਾਡੇ ਕਿਰਾਏ 'ਤੇ ਇੱਕ ਲੇਡੀ ਰਹਿੰਦੀ ਸੀ ਘਲਾਲ ਤੋਂ ਵੀ ਉਹਨਾਂ ਦਾ ਵੀ ਉਹ ਡੈੱਡ ਬੋਡੀ ਪਈ ਹੈ ਵੀ ਉੱਥੇ ਆ ਕੇ ਦੇਖੋ ਮੈਂ ਮੌਕੇ 'ਤੇ ਜਦੋਂ 5 ਮਿੰਟ 'ਚ ਪਹੁੰਚਿਆ ਨਾਲ ਦੀ ਨਾਲ ਮੈਂ ਥਾਣੇ SHO ਸਾਹਿਬ ਦੇ ਮੁਨਸ਼ੀ ਨੂੰ ਫੋਨ ਕੀਤਾ ਉਹਨਾਂ ਨੇ ਜਦੋਂ ਮੌਕੇ 'ਤੇ ਆ ਕੇ ਦੇਖਿਆ ਵੀ ਇਹ ਤਾਂ ਡੈੱਡ ਬੋਡੀ ਪਈ ਆ ਅਤੇ ਜਿਵੇਂ ਕਿਸੇ ਨੇ ਕੋਈ ਮਾਰਿਆ ਹੁੰਦਾ ਉਹਨਾਂ ਦੇ ਇੱਥੇ ਗਲੇ 'ਤੇ ਟੱਕ ਮਾਰਿਆ ਹੋਇਆ ਤਾਂ ਕਿਸੇ 'ਤੇ ਸ਼ੱਕ ਵੀ ਜ਼ਾਹਿਰ ਕੀਤਾ ਗਿਆ ਪੁਲਿਸ ਵਾਲਿਆਂ ਵੱਲੋਂ ਨਹੀਂ ਕਿਸੇ 'ਤੇ ਹਲੇ ਉਹ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੈਮਰੇ ਚੈੱਕ ਕਰ ਰਹੇ ਨੇ ਸਾਰਿਆਂ ਤੋਂ ਪੁੱਛਗਿੱਛ ਚੱਲ ਰਹੀ ਆ ਵੀ ਕਿਹੜਾ ਆਉਂਦਾ ਜੀ ਕਿਹੜਾ ਮਾਲਕਾਂ ਤੋਂ ਹੋਰ ਸਾਰਿਆਂ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਆ ਪੁਲਿਸ ਬਹੁਤ ਹੀ ਯਾਨੀ ਤਫਤੀਸ਼ ਕਰਕੇ ਛੇਤੀ ਹੀ ਇਹਦਾ ਪਤਾ ਲੱਗ ਜੂਗਾ ਪੁਲਿਸ ਜਦੋਂ ਮੌਕੇ 'ਤੇ ਪਹੁੰਚ ਗਈ ਨਾਲ ਦੀ ਨਾਲ ਹੀ ਸਾਰੀ ਤਫਤੀਸ਼ ਸ਼ੁਰੂ ਕਰਤੀ SHO ਸਾਹਿਬ ਆ ਗਏ DSP ਸਾਹਿਬ ਆ ਗਏ CA ਸਟਾਫ ਟੀਮ ਆ ਗਈ ਸਾਰੇ ਜਾਣੀ ਮੌਕੇ 'ਤੇ ਪਹੁੰਚ ਗਏ ਅਤੇ ਉਹਨਾਂ ਦੇ ਘਰਦਿਆਂ ਨੂੰ ਫੋਨ ਕੀਤਾ ਲੁਧਿਆਣੇ ਰਹਿੰਦੇ ਸੀ ਅਤੇ ਉਹਨਾਂ ਦੇ ਹਸਬੈਂਡ ਨੂੰ ਫੋਨ ਕੀਤਾ ਸਾਰੇ ਹੀ ਮੌਕੇ 'ਤੇ ਪਹੁੰਚ ਲੇਡੀ ਦਾ ਕਤਲ ਹੋਇਆ ਕਿੰਨੇ ਚਿਰ ਤੋਂ ਉਹਦੇ ਕਿਰਾਏ 'ਤੇ ਰਹਿੰਦੀ ਇਹ ਦੱਸਣ ਮੁਤਾਬਕ ਵੀ 2-3 ਮਹੀਨਿਆਂ ਤੋਂ ਇੱਥੇ ਰਹਿੰਦੇ ਸੀ ਪਹਿਲਾਂ ਕਿਰਾਏ 'ਤੇ ਪਰਿਵਾਰਕ ਪੂਰੇ ਪਰਿਵਾਰ ਨਾਲ ਰਹਿੰਦੀ ਇਹਨਾਂ ਦੀ ਇਹ ਤਾਂ ਇਹਨਾਂ ਦੀ ਬੇਟੀ ਰਹਿੰਦੀ ਸੀ ਨਾਲ ਬੇਟੀ ਕੱਲ੍ਹ ਹੀ ਗਈ ਸੀ ਪੇਪਰ ਚੱਲਦੇ ਸੀ ਉਹ ਆਪਣੇ ਨਾਨਕੇ ਗਈ ਸੀ ਮਾਮੇ ਕੋਲ ਸਰ ਜਿਹੜਾ ਆਪਣੇ ਸਮਰਾਲੇ ਸ਼ਹਿਰ 'ਚ ਕਤਲ ਹੋਇਆ ਕੀ ਮਾਮਲਾ ਇਹ ਡੱਬੀ ਬਾਜ਼ਾਰ ਦੇ ਵਿੱਚ ਇੱਕ ਗਲੀ ਹੈ ਸੰਘਣੀ ਵਾਦੀ ਦੇ ਵਿੱਚ ਇੱਕ ਲੇਡੀ ਲਖਵੀਰ ਕੌਰ ਵਾਈਫ ਆਫ ਸੁਖਵਿੰਦਰ ਸਿੰਘ ਅਲੀ ਸੁੱਖਾ ਘਲਾਲ ਤੋਂ ਇੱਥੇ ਰਹਿ ਰਹੀ ਸੀ ਅਤੇ ਇਹਦਾ ਹੁਣ ਕਤਲ ਹੋਇਆ ਇਹਦੇ ਗਲ ਦੇ ਵਿੱਚ ਕੱਟ ਦਾ ਨਿਸ਼ਾਨ ਰੱਸੀ ਵੀ ਇਹਦੇ ਗਲ 'ਚ ਪਾਈ ਹੋਈ ਹੈ ਪਲੱਸ ਇਹਦੇ ਇੱਕ ਪੇਟ ਦੇ ਵਿੱਚ ਹੈਗਾ ਜ਼ਖਮ ਕੱਟ ਚਰਪ ਸੱਟ ਅਤੇ ਇਹਦਾ ਕਿਸੇ ਨੇ ਕਤਲ ਕੀਤਾ ਅਤੇ ਹੁਣ ਇਹਦੇ ਪਰਿਵਾਰ ਨੂੰ ਬੁਲਾ ਕੇ FIR ਦਰਜ ਕਰਕੇ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਕਿਸੇ 'ਤੇ ਸ਼ੱਕ ਵੀ ਜ਼ਾਹਿਰ ਕੀਤਾ ਜਾ ਰਿਹਾ ਅਜੇ ਕੁਛ ਨਹੀਂ ਅਸੀਂ ਇਸ ਨੂੰ ਬਾਅਦ ਪਤਾ ਲੱਗੂਗਾ ਕੌਣ CCTV ਕੈਮਰੇ 'ਚ ਕਿਸ ਦੀ ਰਿਕਾਰਡਿੰਗ ਜਾਂ ਕੋਈ ਚੈੱਕ ਹੋਈ ਹੈ ਅਜੇ ਕੋਈ ਨਹੀਂ ਅਜੇ ਕਰਨਾ ਇੱਥੇ ਆ ਕੇ ਬਸ ਸਪੋਰਟ 'ਤੇ ਦੇਖਿਆ ਹੀ ਹੈ ਇਹਨੂੰ ਅੱਗੇ ਸਾਰਾ ਕੁਛ ਅਸੀਂ ਉਮਰ ਕਿੰਨੀ ਪਾਈ ਗਈ ਹੈ ਜੀ 35-36 ਸਾਲ ਉਮਰ ਲੜਕੀ ਪਰਮਾਤਮਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਅਜਿਹੀ ਕੋਈ ਪਰੇਸ਼ਾਨੀ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ ਯੋਧੀ ਸਮਰਾਟ ਪੰਡਿਤ ਤੁਲਸੀਦਾਸ ਜੀ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪ੍ਰੇਮੀ ਪ੍ਰੇਮਿਕਾ ਪਤੀ ਪਤਨੀ 'ਚ ਝਗੜਾ ਸੋਧਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਇਮੀਗ੍ਰੇਸ਼ਨ ਮਸਲੇ ਕਰਜ਼ਾ ਮੁਕਤੀ ਗੁਪਤ ਵਸ਼ੀਕਰਨ ਕਰਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਪਾਓ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ 98147 56620